ਪਰਮ ਸਤਕਾਰ ਯੋਗ ਸਤ ਸੰਗ ਜੀਓ। ਇੱਕ ਸ਼ਾਇਰ ਦਾ ਕਥਨ ਹੈ, ਜੋ ਬਾਤ ਦਵਾ ਨਾ ਕਰ ਸਕੇ ਵੋ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲਤਾ ਹੈ ਤਬ ਬਾਤ ਖੁਦਾ ਸੇ ਹੋਤੀ ਹੈ। ਸਿੱਖ ਪੰਥ ਦੀ ਅਜ਼ੀਮ ਸ਼ਖਸੀਅਤ ਮਾਇਆ ਨਾਜ਼ ਹਸਤੀ ਪਰਮ ਸਤਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹਨਾਂ ਦੇ ਆਸ਼ੀਰਵਾਦ ਸਦਕਾ ਅਸੀਂ ਕੁਛ ਵਚਨ ਆਪ ਜੀ ਦੇ ਸਾਹਮਣੇ ਰੱਖੀਏ। ਸੇਬ ਬਾਣੀ ਵਿੱਚ ਫੁਰਮਾਨ ਕਰਦੇ ਨੇ, ਇਹ ਮੇਰੇ ਮਨ ਤੂੰ ਕਿਉਂ ਚਿੰਤਾ ਦਾ ਜੀਵਨ ਜੀਨੈ, ਕਿਉਂ ਫਿਕਰ ਦੀ ਦੁਨੀਆਂ ਵਿੱਚ ਰਹਿਣੈ, ਤੇਰਾ ਤਾਂ ਗੁਰੂ ਪੂਰ ਹੈ, ਵਿਸ਼ਵਾਸ ਤਾਂ ਕਰਕੇ ਦੇਖ ਕੇ ਮੇਰਾ ਗੁਰੂ ਪੂਰ ਹੈ, ਜਿਹਦੇ ਅੱਗੇ ਮੈਂ ਅਰਦਾਸ ਕਰ ਰਿਹਾ ਉਹ ਮੇਰੀ ਅਰਦਾਸ ਸੁਣੇਗਾ, ਮੇਰੇ ਕਾਰਜ ਰਾਸ ਕਰੇਗਾ, ਮੇਰੇ ਪਰਦੇ ਕੱਜ ਲਏਗਾ। ਸਤ ਸੰਗਤ ਵਿਸ਼ਵਾਸ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ, ਜਿਨ੍ਹਾਂ ਦਾ ਭਰੋਸਾ ਬੱਝ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ, ਉਹਨਾਂ ਦੇ ਅੱਜ ਵੀ ਦੁੱਖ ਦੂਰ ਹੁੰਦੇ ਨੇ। ਆਖੋ ਸਤਨਾਮ ਸ੍ਰੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ ਪਾਕਿਸਤਾਨ ਵਿੱਚ ਮਿਲਟਰੀ ਵਿੱਚ ਸਰਵਿਸ ਕਰਿਆ ਕਰਦੇ ਸਨ ਗੋਰਿਆਂ ਦੇ ਸਮੇਂ, ਜਿਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ਾਂ ਦੇ ਰਾਜ ਵਿੱਚ ਬਾਬਾ ਕਰਮ ਸਿੰਘ ਨੌਕਰੀ ਵੀ ਕਰਦੇ ਸਨ ਤੇ ਨਾਲ ਭਗਤੀ ਵੀ ਕਰਦੇ ਸਨ, ਪਰ ਕਿਸੇ ਨੂੰ ਦੱਸਦੇ ਨਹੀਂ ਸਨ। ਰੋਜ਼ ਭਗਤੀ ਕਰਦੇ ਸਨ ਤੇ ਕਦੀ ਕਦੀ ਡਿਊਟੀ ਤੋਂ ਲੇਟ ਵੀ ਹੋ ਜਾਂਦੇ ਸਨ, ਤੇ ਜਿਹੜੇ ਬਾਬਾ ਕਰਮ ਸਿੰਘ ਦੇ ਕੁਝ ਦੋਖੀ ਸਨ, ਈਰਖਾ ਕਰਦੇ ਸਨ, ਉਹਨਾਂ ਨੇ ਗੋਰੇ ਅਫਸਰ ਕੋਲ ਸ਼ਿਕਾਇਤ ਕੀਤੀ ਕਿ ਕਰਮ ਸਿੰਘ ਡਿਊਟੀ ਨਹੀਂ ਪੂਰੀ ਦਿੰਦਾ। ਸ਼ਿਕਾਇਤਾਂ ਰੋਜ਼ ਹੁੰਦੀਆਂ ਗਈਆਂ। ਇੱਕ ਦਿਨ ਗੋਰਾ ਅਫਸਰ ਕਹਿਣ ਲੱਗਾ, ਅੱਜ ਰਾਤੀ ਮੈਂ ਆਪ ਚੈੱਕ ਕਰਾਂਗਾ। ਔਰ ਕੁਦਰਤੀ ਹੋਇਆ ਕਿ ਅੱਜ ਡਿਊਟੀ ਵੀ ਬਾਬਾ ਕਰਮ ਸਿੰਘ ਦੀ ਰਾਤ ਦੀ ਸੀ। ਇੱਧਰ ਬਾਬਾ ਕਰਮ ਸਿੰਘ ਜੀ ਰੋਜ਼ ਦੀ ਤਰ੍ਹਾਂ ਬੰਦਗੀ ਕਰਨ ਬੈਠੇ, ਐਸਾ ਕਲਗੀਆਂ ਵਾਲੇ ਦੇ ਚਰਨਾਂ ਨਾਲ ਮਨ ਜੁੜਿਆ ਕਿ ਅੱਜ ਸੱਚਮੁੱਚ ਹੀ ਡਿਊਟੀ ਭੁੱਲ ਗਈ। ਉੱਧਰ ਡਿਊਟੀ ਦਾ ਟਾਈਮ ਹੋ ਗਿਆ, ਖਿਆਲ ਹੀ ਨਹੀਂ ਰਿਹਾ ਕਿ ਮੈਂ ਡਿਊਟੀ ਵੀ ਕਰਨੀ ਹੈ, ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਹੈ। ਸਭ ਕੁਛ ਭੁੱਲ ਗਏ ਤੇ ਕਲਗੀਆਂ ਵਾਲੇ ਨੇ ਦੇਖਿਆ ਮੇਰਾ ਸਿੱਖ ਤੇ ਜੁੜਿਆ ਹੋਇਆ। ਆਖੋ ਸਤਨਾਮ ਸ੍ਰੀ। ਹੁਣ ਆਪਣੇ ਪਿਆਰੇ ਦੀ ਲਾਜ ਤੇ ਰੱਖਣੀ ਹੈ ਤੇ ਸਤ ਸੰਗਤ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸੰਤ ਬਾਬਾ ਕਰਮ ਸਿੰਘ ਦਾ ਰੂਪ ਧਾਰ ਲਿਆ ਤੇ ਜਿੱਥੇ ਡਿਊਟੀ ਦੇਣੀ ਸੀ ਨਾ ਉੱਥੇ ਜਾ ਕੇ ਖਲੋ ਗਏ। ਆਪਾਂ ਕਈ ਵਾਰੀ ਭਗਤੀ ਪੜ੍ਹਨੇ ਆ ਨਾ, ਜਪੋ ਸਾਰੇ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ, ਜਿਹੇ ਜਿਹੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਉੱਧਰ ਗੋਰਾ ਅਫਸਰ ਰਾਊਂਡ ਤੇ ਨਿਕਲਿਆ ਚੈਕਿੰਗ ਵਾਸਤੇ ਤੇ ਜਿੱਥੇ ਬਾਬਾ ਕਰਮ ਸਿੰਘ ਡਿਊਟੀ ਦਿੰਦੇ ਸਨ ਉੱਥੇ ਪਹੁੰਚਿਆ ਤੇ ਕੀ ਦੇਖਦਾ, ਅੱਗੇ ਬਾਬਾ ਕਰਮ ਸਿੰਘ ਜੀ ਖਲੋਤੇ ਹੋਏ ਨੇ। ਬਾਬਾ ਜੀ ਨੇ ਸਲਿਊਟ ਵੀ ਕੀਤਾ, ਗੋਰਾ ਅਫਸਰ ਦੇਖ ਕੇ ਚਲਾ ਗਿਆ ਤੇ ਜਿਸ ਵੇਲੇ ਸਵੇਰੇ ਬਾਬਾ ਕਰਮ ਸਿੰਘ ਜੀ ਦੀ ਬਿਰਤੀ ਖੁੱਲੀ ਤਾਂ ਖਿਆਲ ਆਇਆ, ਬਈ ਮੈਂ ਰਾਤ ਡਿਊਟੀ ਦੇਣ ਨਹੀਂ ਗਿਆ। ਸੱਚੇ ਸਨ ਨਾ, ਮਨ ਵਿੱਚ ਕੋਈ ਛਲ ਫਰੇਬ ਨਹੀਂ, ਆਪ ਜਾ ਕੇ ਹਾਜ਼ਰ ਹੋ ਗਏ ਤੇ ਗੋਰੇ ਅਫਸਰ ਨੂੰ ਜਾ ਕੇ ਕਹਿੰਦੇ ਨੇ ਕਿ ਮਿਲਟਰੀ ਦਾ ਨਿਯਮ ਹੈ, ਜਿਹੜਾ ਡਿਊਟੀ ਤੇ ਨਾ ਪਹੁੰਚੇ ਉਹਨੂੰ ਸਜ਼ਾ ਦਿੱਤੀ ਜਾਂਦੀ ਏ, ਮੈਨੂੰ ਸਜ਼ਾ ਦਿਓ ਕਿਉਂਕਿ ਰਾਤੀ ਮੈਂ ਡਿਊਟੀ ਨਹੀਂ ਦਿੱਤੀ। ਤੇ ਗੋਰਾ ਅਫਸਰ ਕਹਿਣ ਲੱਗਾ, ਕਰਮ ਸਿੰਘ ਇਹ ਕਿਵੇਂ ਹੋ ਸਕਦਾ, ਤੂੰ ਤੇ ਡਿਊਟੀ ਤੇ ਹਾਜ਼ਰ ਸੀ, ਤੇਰੀ ਸ਼ਿਕਾਇਤ ਹੋਈ ਸੀ ਤੂੰ ਡਿਊਟੀ ਤੇ ਨਹੀਂ ਆਉਂਦਾ, ਰਾਤੀ ਮੈਂ ਆਪ ਚੈਕਿੰਗ ਕਰਨ ਆਇਆ ਸਾਂ, ਤੂੰ ਡਿਊਟੀ ਤੇ ਹਾਜ਼ਰ ਸੀ, ਤੂੰ ਮੈਨੂੰ ਸਲਿਊਟ ਵੀ ਕੀਤਾ। ਪਰ ਕਰਮ ਸਿੰਘ ਇੱਕ ਗੱਲ ਬੜੀ ਅਜੀਬ ਸੀ, ਰਾਤ ਦਾ ਸਮਾਂ ਸੀ, ਹਨੇਰਾ ਸੀ, ਰੋਸ਼ਨੀ ਦਾ ਇੰਤਜ਼ਾਮ ਤੇ ਸੀ ਪਰ ਇਤਨਾ ਨਹੀਂ ਸੀ। ਮੈਂ ਇਸ ਗੱਲ ਤੋਂ ਹੈਰਾਨ ਹਾਂ, ਜਦੋਂ ਮੈਂ ਉੱਥੇ ਪਹੁੰਚਿਆ ਜਿੱਥੇ ਤੂੰ ਡਿਊਟੀ ਦੇਣਾ, ਤੂੰ ਜਿਸ ਵੇਲੇ ਮੈਨੂੰ ਸਲਿਊਟ ਮਾਰਿਆ ਮੈਂ ਤੇਰੇ ਮੂੰਹ ਵੱਲ ਦੇਖਿਆ, ਤੇਰੇ ਚਿਹਰੇ ਤੇ ਬੜਾ ਨੂਰ ਸੀ, ਮੈਨੂੰ ਅੰਦਰੋਂ ਇੱਕ ਅਨੋਖਾ ਜਿਹਾ ਸੁੱਖ ਮਹਿਸੂਸ ਹੋਇਆ, ਇੱਕ ਚਰਨਾ ਹੱਟ ਜੀ ਛਿੜੀ ਪਰ ਮੈਨੂੰ ਸਮਝ ਨਹੀਂ ਆਈ। ਮੈਂ ਘਰ ਤੇ ਆ ਗਿਆ ਆਪਣੇ ਕੁਆਟਰ ਵਿੱਚ,
पर मैं सोचता आया भी इतना नूर कदी किसी बंदे दे चेहरे ते देखिया नहीं। गोरा अफसर ये गल कह रहे हैं ते कोल खलोते बाबा करम सिंह जारो जार रोई जाते हैं। ते गोरा अफसर पुछते बाबा करम सिंह नू, करम सिंह की होया तेनू, रो क्यों रहे हैं? ते बाबा करम सिंह कह लगे साहब जी मैं सचमुच नहीं आया, अगर फिर भी मैं आया उथे ड्यूटी दिती है तुहानू सल्यूट कीते ता फिर वो आया सी जिदे चरना नाल मैं जुड़िया सा। वो मेरा कलगिया वाला मेरे बदले मेरी ड्यूटी करके गए, वो शाहां दा शाह अरशां दा मालक मेरे बदले तैनू सल्यूट मार के गए कि किधरे तू उदे सिख नू सजा ना देवे। वो अपने सेवकां दी लाज रख दे, जिड़ा तू कहना ना तेरे चेहरे ते नूर बड़ा सी वो मैं नहीं सी, वो मेरा कलगिया वाला सी। ते हुण मैं तेरी ड्यूटी नहीं करनी, हुण मैं उदी ड्यूटी करांगा। ते गोरा अफसर कह लगा करम सिंह तुहानू भगती तो नहीं रोक दे क्योंकि नेक बंदियां दी लोड़ है, भगती भी करी जाओ ते नाल ड्यूटी भी करी जाओ। पर सत संगत बाबा करम सिंह इतने बैरागी हो चुके सन, कह लगे हुण नहीं, हुण ये जीवन सिर्फ कलगिया वाले दे लेखे लगाने। ते गोरा अफसर कह लगा करम सिंह मिलिट्री दे कुछ नियम ने, एवें कोई नौकरी छड़ के नहीं जा सकता। ते बाबा करम सिंह गुरु दे रंग विच रंगे हुए कह लगे ओए साडा ते ना ही नहीं हैगा तुहाडे रजिस्टर विच। और ये इतिहासक सच्चाई है सत संगत, जदों गोरे अफसर ने रजिस्टर चेक किया ते वाकई उत्थे बाबा करम सिंह जी दा नाम नहीं सी, बकायदा सारा रजिस्टर देखिया गया, वो खाना ही खाली सी जिथे बाबा जी दा नाम लिखिया होया सी। ये प्रतंख नजारे ने, ये उन्हां दे जीवन हन जिन्हां ने बंदगी कीती और सतगुर नूं पाया। अमर शहीद धन धन बाबा दीप सिंह जी जिन्हां दा तुसी शहीदी दिहाड़ा मना रहे हो, सत संगत बाबा दीप सिंह जी ने जद ये सुनिया कि दरबार साहब की बेदबी हो रही है ते बाबा दीप सिंह अरदास करके चले, और जिस वेले लड़दियां लड़दियां बाबा जी का सीस धर नालों जुदा होया ते लड़दे हुए सिंघां ने कहा सी बाबा जी तुसां ते प्रण कीता सी कि जदों तक दरबार साहब आजाद नहीं होवेगा उदों तक अपना शरीर नहीं त्यागना ते कि सिख की अरदास अधूरी रहेगी। सत संगत बाबा दीप सिंह का शरीर हिलिया, एक हथ दे नाल डिग्या होया सीस पकड़ के हथ की तली ते रखिया, दूसरे हथ विच खंडे। जद बाबा दीप सिंह उठ के खड़े होए ते मुगलां दी फौज विच भाजड़ पै गई कि इत्थे ते मुर्दे भी उठ के लड़न लग पए हन। धन बाबा दीप सिंह, धन गुरु रामदास सच्चे पातशाह दे दरबार श्री दरबार साहब पहुंचे, अपने दोनों हत्थां नाल अपना सीस गुरु रामदास दी परिक्रमा विच रखिया ते किया हे पिता गुरु रामदास ओ तेरे दर ते कोई रुमाला लैके आंदा है, कोई फुल लैके आंदा है, कोई हीरे जवाहरात सोना चांदी कोई अनाज लैके आंदा है। हे गुरु रामदास पिता मैं सीस दी भेटा लैके आया, ये सीस दी भेटा प्रवान कर लेना। सतगुर आ गए सीस भेट दे ओ जे सतगुर साचे पावे, ते सतसंगत किवें गुरु रामदास पिता ने बाबा दीप सिंह नूं अपने गल नाल लगाया होवेगा। ये रौनकां ताईं ओ लगियां ने जिस वेले दरबार साहब संगतां जांदियां ने ते मन विच इक ये भी इच्छा हुंदी है कि गुरु रामदास दे दर ते नमस्कार ते कीती है, हुण शहीदां दे भी जाके मत्था टेकणा है क्योंकि जिहड़ा गुरु दा प्यार है संगतां उहनूं प्यार करदियां ने। जो हर का प्यारा सो सभना का प्यारा है, सत संगत शहीद कदी नहीं मरदे। जिवें राष्ट्रपति ने प्रधानमंत्री ने जाना होवे ना किधरे ते उहदे अहलकार सिपाही इंस्पैक्टर सारे पहला ही पहुंच जांदे ने, इस तरह जिथे गुरु ने आना है उत्थे शहीदां दा पहरा हुंदा है,
शायर कहते ओ बगीचा वीका दा बगीचा जिदे अंदर कोई फुहारा ना होवे ओ कहानी वीका दी कहानी जिदा कोई अगो हुंगारा ना होवे ओ पींग वीका दी पींग हुंदी जिदा कोई वधिया हुलारा ना होवे ओ कौमा कदे तरक्की नहीं कर दिया जिन्हा दा उच्चा जयकारा ना होवे
ਕਿਸ ਪਰਸਾਦ ਸਭ ਜਗਤ ਯੋਗ ਸਤ ਸੰਗਤ ਜੀਓ, ਇੱਕ ਸ਼ਾਇਰ ਦਾ ਕਥਨ ਹੈ, ਮਿਲਤਾ ਹੈ ਤੇਰੇ ਦਰ ਪੇ ਮੁਕੱਦਰ ਸੇ ਜ਼ਿਆਦਾ, ਮਿਲਤਾ ਹੈ ਤੇਰੇ ਦਰ ਪੇ ਮੁਕੱਦਰ ਸੇ ਜ਼ਿਆਦਾ, ਹਾਲਾਂਕਿ ਮੁਕੱਦਰ ਵੀ ਤੇਰੇ ਦਰ ਸੇ ਮਿਲਾ ਹੈ। ਸਤ ਸੰਗਤ, ਕਦੀ ਬਹੁਤੀ ਭੀੜ ਪਵੇ ਨਾ, ਬਹੁਤ ਮੁਸ਼ਕਲ ਦਾ ਸਮਾਂ ਆਵੇ, ਇੱਕ ਗੱਲ ਯਾਦ ਰੱਖਣਾ, ਜਿਤਨਾ ਗਹਿਰਾ ਦੁੱਖ ਹੋਵੇ ਉਨੀ ਗਹਿਰੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਤੇ ਰੱਖਣਾ। ਸਾਰੇ ਮੂੰਹ ਮੋੜ ਜਾਣ, ਕਦੀ ਇਕੱਲੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਝੋਲੀ ਅੜ ਕੇ ਬਹਿ ਜਾਣਾ, ਦਾਤਾ ਸਾਰੇ ਆਸਰੇ ਚਲੇ ਗਏ, ਹੁਣ ਤੂੰ ਹੀ ਮੇਰਾ ਆਸਰਾ, ਤੁਹਾਡੀ ਇਸ ਤਰ੍ਹਾਂ ਦਿਲੋਂ ਕੀਤੀ ਹੋਈ ਅਰਦਾਸ ਸਾਰੇ ਵਿਗੜੇ ਕੰਮ ਬਣਾਵੇਗੀ। ਸਤ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ, ਦੂਸਰ ਰੂਪ ਗ੍ਰੰਥ ਜੀ ਜਾਨ, ਇਨਹੋ ਅੰਗ ਮੇਰੋ ਕਰਮਾਨ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਇਹ ਗੁਰੂ ਗ੍ਰੰਥ ਸਾਹਿਬ ਮੇਰਾ ਅੰਗ ਹੈ, ਔਰ ਇੱਥੋਂ ਤੱਕ ਕਹਿ ਦਿੱਤਾ ਕਿ ਬਾਣੀ ਦੇ ਜਿੰਨੇ ਅੱਖਰ ਨੇ ਇਹ ਮੇਰੇ ਸਰੀਰ ਦਾ ਇੱਕ ਇੱਕ ਰੋਮ ਹੈ, ਰੋਮ ਰੋਮ ਅੱਖਰ ਸੋ ਲਹੋ, ਬਾਤ ਜਥਾਰਥ ਤੁਮ ਸੋ ਕਹੋ। ਸਤ ਸੰਗਤ, ਅਸੀਂ ਅਰਜ਼ ਕਰੀਏ, ਇੱਕ ਸ਼ੁੱਧ ਪਾਠ ਕਰਨ ਵਾਲਾ ਪਾਠੀ ਜਿਹਦਾ ਪਾਠ ਚਲਾਂਤੇ ਉਹ 2 ਘੰਟਿਆਂ ਵਿੱਚ 60 ਅੰਗ ਬੋਲ ਕੇ ਕਰ ਜਾਂਦਾ ਹੈ। 2 ਘੰਟੇ ਭਾਵ 120 ਮਿੰਟ ਹੋ ਗਏ, 120 ਮਿੰਟਾਂ ਵਿੱਚ 60 ਅੰਗ। ਅਤੇ ਜੇ ਪਿਆਰੇ ਉਹ ਸਾਨੂੰ ਸ਼ੁੱਧ ਪਾਠ ਆਉਂਦਾ ਹੋਵੇਗਾ ਨਾ, ਅਸੀਂ ਬੇਨਤੀ ਕਰਾਂਗੇ 30 ਅੰਗ ਨਾ ਕਰੋ, 40 ਨਾ ਕਰੋ, ਜਿੰਨੇ ਮਰਜ਼ੀ ਤੁਸੀਂ ਬਿਜ਼ੀ ਹੋ, ਜੇ ਤੁਸੀਂ ਕੁਝ ਵੀ ਟਾਈਮ ਨਹੀਂ ਨਾ ਕੱਢ ਸਕਦੇ, 24 ਘੰਟਿਆਂ ਵਿੱਚੋਂ ਸਿਰਫ 8 ਮਿੰਟ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਦੇ ਦਿਓ। 4 ਅੰਗ ਪਾਠ ਜੇ ਰੋਜ਼ ਕਰੋਗੇ ਤੇ ਯਾਦ ਰੱਖਿਓ, ਸਾਲ ਦੇ 365 ਦਿਨ ਨੇ, 365 ਨੂੰ 4 ਨਾਲ ਗੁਣਾ ਕਰੋ ਤੇ 1430 ਅੰਗ ਨੇ। 1 ਸਾਲ ਵਿੱਚ 4-4 ਅੰਗ ਪਾਠ ਰੋਜ਼ ਕਰਦਿਆਂ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ, ਪਾਠ ਹੋ ਜਾਏਗਾ। ਆਪਾਂ ਤਾਂ ਕਹਿੰਦੇ ਹਾਂ ਨਾ, ਘੰਟਾ ਡੇਢ ਘੰਟਾ ਬਹਿਣਾ ਮੁਸ਼ਕਲ ਏ, ਇਹਦਾ ਵੀ ਇੱਕ ਪ੍ਰਤੱਖ ਉਦਾਹਰਣ ਨੇ। ਸਤ ਸੰਗਤ, ਇਤਿਹਾਸ ਵਿੱਚ ਇੱਕ ਭਾਈ ਕਾਨ ਸਿੰਘ ਨਾਭਾ ਹੋਏ ਨੇ, ਜਿਨ੍ਹਾਂ ਦਾ ਨਾਮ ਸਾਰੇ ਸਿੱਖ ਵਿਦਵਾਨ ਜਾਣਦੇ ਨੇ। ਉਹਨਾਂ ਨੇ ਇੱਕ ਗ੍ਰੰਥ ਲਿਖਿਆ ਹੈ, ਮਹਾਨ ਕੋਸ਼। ਤੁਸੀਂ ਮਹਾਨ ਕੋਸ਼ ਦੇ ਸ਼ੁਰੂਆਤ ਦੇ ਪੰਨੇ ਪੜ੍ਹਿਓ। ਭਾਈ ਕਾਨ ਸਿੰਘ ਨਾਭਾ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਬਾਬਾ ਨਰੈਣ ਸਿੰਘ, ਨਾਭੇ ਦੇ ਰਹਿਣ ਵਾਲੇ ਸਨ, ਤੇ ਨਾਭੇ ਵਿੱਚ ਇੱਕ ਗੁਰਦੁਆਰਾ ਹੈ ਘੋੜਿਆਂ ਵਾਲਾ, ਬਾਬਾ ਅਜਾ ਪਾਲ ਸਿੰਘ ਦਾ ਉਹਦੇ ਉਹ ਮੁਖੀ ਸਨ, ਮਹੰਤ ਸਨ। ਸਤ ਸੰਗਤ, ਇਤਿਹਾਸ ਕਹਿੰਦਾ ਹੈ ਕਿ ਬਾਬਾ ਨਰੈਣ ਸਿੰਘ ਨੂੰ 1 ਓਂਕਾਰ ਤੋਂ ਲੈ ਕੇ 18-10-20 ਤੱਕ ਪੂਰਾ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਕੰਠ ਸੀ, ਤੇ ਕੇਵਲ ਕੰਠ ਹੀ ਨਹੀਂ,
तीन अखंड पाठ उस महापुरख ने अपनी जिंदगी विच एक चौंकड़े ते कीते सन ते एक अखंड पाठ उन्होंने महाराजा हीरा सिंह नाभा दे महला विच कीता। बजुर्ग हो चुके सन बाबा नारायण सिंह उदों जो पाठ कीता जिस दिन भोग पिया महाराजा हीरा सिंह ने उठ के कहा बाबा जी तुसी इतनी श्रद्धा भावना नाल इतनी एकाग्रता नाल एक चौंकड़े ते गुरु ग्रंथ साहब जी का पाठ कीता है मैं भेटा वजो एक जगीर तुहाडे नां ते कीती। सतसंगत बाबा नारायण सिंह बड़े बंदगी वाले जीवन वाले सन जिस वेले एक गल सुनी ते कहंदे ने कि बाबा जी दियां अखां विच अथरू आ गए। कहन लगे महाराजा साहब गुरु ग्रंथ साहब दे पाठ दी भेटा सिर्फ एक जागीर ही। महाराजा हीरा सिंह कहन लगे बाबा जी तुसी जो मंगोगे मैं देंगा तुसी एक वारी आखो मैं घर बार सब कुछ छड़ देंगा तुहाडे चरण परसांगा कुछ मंगो। सत संगत इतिहास कहते हैं कि बाबा जी भरे हुए मन नाल कहन लगे बस मेरी एक अरदास करो। पुछिया जी की बाबा जी कहन लगे सारी संगत अरदास करो कि नारायण सिंह दी अंतले समय तक गुरु ग्रंथ साहब के चरणा नाल निभ जाए। बस ये भेटा मंगी। अगला वचन होया भी बाबा जी तुहानू बाणी किवें इन्नी चेते हो गई। कहन लगे गुरु की कृपा नाल एक महीने विच चार पाठां दा भोग पाना वा 200 पौने 200 अंग रोज करिया करदे सन। सत संगत जदों तुसी सहज पाठ करोगे ना याद रखियो कुछ कु दिन तुसी चल पियो अगो गुरु आवाज मार के तुहानू अपने कोल आपे ही लै आवेगा क्योंकि बाणी विच इन्नी ताकत है। शहीदां दी याद तुसी मना रहे हो बाबा दीप सिंह जी जिन्होंने सारी उम्र बाणी दा पाठ कीता। जिस वेले सिंघां दे सिरां दे मुल पैंदे सन एक ऐसा समा सी कि अफगानिस्तान तो अहमद शाह अबदाली ते इहदे नाल होर भी जिहड़े जालम बादशाह सन हिंदुस्तान ते हमला करदे सन हिंदुस्तान नूं लुट के चले जांदे सन। तां उस वेले सिंघ जिहड़े सन इन्हां ज़ालमां ते हमला कर